ਸਤਿ ਸ਼੍ਰੀ ਅਕਾਲ ਜੀ, ਤੁਸੀਂ ਵਹਿੰਦੇ ਪਏ ਹੋ ਪੰਜਾਬੀ ਡੈਰੀ ਮੈਨ, ਅਤੇ ਅੱਜ ਗੱਲ ਕਰਨ ਲੱਗਿਆ ਇੱਕ ਪੁਰਾਣਾ ਜੁਗਾੜ ਬਣਾਇਆ ਸੀ ਇਨਕਿਊਬੇਟਰ ਮੁਰਗੀਆਂ ਦੇ ਆਂਡਿਆਂ 'ਚੋਂ ਬੱਚੇ ਕਢਾਉਣ ਵਾਸਤੇ, ਅਤੇ ਇਹਦੇ 'ਚ 100 ਆਂਡਾ ਟਿਕ ਜਾਂਦਾ। ਹੁਣ ਤਾਂ ਵਾਹਵਾ ਟਾਈਮ ਹੋ ਗਿਆ, ਚਲਾਇਆ ਨਹੀਂ ਕਦੀ, ਕਢਾਏ ਨਹੀਂ ਗਏ। 3 ਬਲਬ ਲੱਗੇ ਨੇ ਇਹ 'ਚ, ਉਹ ਇੱਕ ਬਲਬ ਜਿਹੜਾ ਫਿਊਜ ਹੋ ਗਿਆ ਸੀ, ਅਤੇ ਇੱਕ ਪੱਖਾ ਲੱਗਾ ਇਹਦੇ ਵਿੱਚ, ਛੋਟਾ DC ਫੈਨ ਜਿਹੜਾ ਕੰਪਿਊਟਰ ਦੇ CPU ਦੇ ਕੈਬਨਿਟ 'ਚ ਲੱਗਾ ਹੁੰਦਾ, ਅਤੇ ਜਦੋਂ ਤੱਕ ਬੱਚੇ ਨਹੀਂ ਨਿਕਲਦੇ ਇਹਦੇ 'ਚ ਇੱਕ ਡੱਬਾ ਪਾਣੀ ਦਾ ਹਮੇਸ਼ਾ ਭਰ ਕੇ ਰੱਖਣਾ ਪੈਂਦਾ। ਆ ਇਹਦੇ ਥਰਮੋਸਟੇਟ ਨੇ ਜਿਹੜੇ ਇਹਨੂੰ ਕੰਟਰੋਲ ਕਰਦੇ ਨੇ, ਅਤੇ ਥੱਲੇ ਡੱਬੇ 'ਚ ਚਾਰਜਰ 12 ਵੋਲਟ ਦਾ, ਅਤੇ ਰਲੀਆਂ ਵਗੈਰਾ ਲੱਗੀਆਂ ਨੇ। ਅਤੇ ਆਹ ਜਿਹੜੇ ਬਲਬ ਨੇ ਪਹਿਲਾਂ ਦੇ ਫਿਊਜ ਹੋਏ ਪਏ ਨੇ, ਆਹ ਬਲਬ ਪਿੱਛੇ ਸੜ ਗਿਆ ਸੀ, ਉਹ ਕੱਢ ਕੇ ਰੱਖਿਆ ਸੀ। ਅਤੇ ਇਹਦੇ 'ਚ 100 ਆਂਡਾ ਟਿਕ ਜਾਂਦਾ ਇੱਕ ਵਾਰੀ 'ਚ, ਅਤੇ 100 ਆਂਡੇ 'ਚੋਂ ਲਗਭਗ 70 ਬੱਚੇ ਨਿਕਲ ਜਾਂਦੇ ਨੇ ਜਦੋਂ ਇਹ ਚੱਲਦਾ, ਅਤੇ ਆ ਪੱਖਾ ਨਾਲ ਚੱਲ ਕੇ ਇਹਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਸਹੀ ਰੱਖਦਾ, ਸਾਰੇ ਡੱਬੇ ਦੇ ਵਿੱਚ ਹਵਾ ਗਰਮ ਹਵਾ ਨੂੰ ਘੁਮਾਈ ਰੱਖਦਾ। ਅਤੇ ਹੁਣ ਤੁਹਾਨੂੰ ਇਹਦਾ ਸੁੱਚ ਲਾ ਕੇ ਆਨ ਕਰਕੇ ਵਿਖਾਉਂਦਾ ਮੈਂ। ਚਿਰ ਹੋ ਗਿਆ ਕਾਫੀ ਚਲਾਇਆ ਨਹੀਂ, ਹੁਣ ਤਾਂ ਕੀ ਪਤਾ ਚੱਲਦਾ ਹੀ ਹੋਵੇ, ਨਹੀਂ ਤਾਂ ਕਈ ਵਾਰੀ ਪਈ ਚੀਜ਼ ਵੀ ਖਰਾਬ ਹੋ ਜਾਂਦੀ ਹੈ। ਅਤੇ ਇਹ ਚੱਲ ਪਿਆ, ਮੈਂ ਤਾਂ ਬਹੁਤ ਚਿਰ ਦਾ ਚਲਾਇਆ ਨਹੀਂ ਸੀ, ਅੱਜ ਤੁਹਾਨੂੰ ਮੈਂ ਵੀਡੀਓ ਬਣਾ ਕੇ ਵਿਖਾਉਂਦੇ ਹਾਂ। ਅਤੇ ਇਹ ਬਲਬ ਜਲਦੇ ਨੇ ਇਹ ਟੈਂਪਰੇਚਰ ਵਾਸਤੇ, ਅਤੇ ਇੱਕ ਵਾਰੀ ਚੱਲਣ ਲੱਗਿਆ ਇਹ ਵਾਹਵਾ 10 ਮਿੰਟ ਲਾ ਦਿੰਦਾ ਹੈ। ਆਹ ਇਹਦਾ ਟੈਂਪਰੇਚਰ ਸੈਂਸਰ ਹੈ, 2 ਥਰਮੋਸਟੇਟ ਲੱਗੇ ਨੇ, ਅਤੇ ਦੋਵਾਂ ਦੇ ਸੈਂਸਰ ਇੱਥੇ ਇਕੱਠੇ ਕਰਕੇ ਲਾਏ ਨੇ, ਅਤੇ ਪੱਖਾ ਸਾਰੇ 'ਚ ਹਵਾ ਨੂੰ ਗਰਮ ਹਵਾ ਨੂੰ ਘੁਮਾਉਂਦਾ ਹੈ। ਅਤੇ ਆਹ ਵੇਖੋ, ਇਹ 26.9 ਡਿਗਰੀ ਇਹਦਾ ਟੈਂਪਰੇਚਰ ਨੋਰਮਲ ਹੈ ਇਸ ਟਾਈਮ 'ਤੇ, ਕਿਉਂਕਿ ਗਰਮੀ ਦਾ ਟਾਈਮ ਹੈ, ਹੁਣ ਹੀ ਬੱਚੇ ਕਢਾਉਣ ਦਾ ਫਾਇਦਾ ਹੁੰਦਾ। ਅਤੇ ਬਹੁਤ ਘੱਟ ਬਿਜਲੀ ਖਾਂਦਾ, ਇੱਕ ਵਾਰ ਸਟਾਰਟ ਹੋਣ ਵੇਲੇ 10 ਕੁ ਮਿੰਟ ਚੱਲਦਾ, ਮੁੜ ਕੇ 2-2 ਸੈਕਿੰਡ ਹੀ ਚੱਲਦਾ ਬਸ। ਇਹ ਟੈਂਪਰੇਚਰ ਵਧਣ ਲੱਗ ਗਿਆ 27.1, ਅਤੇ ਇਹ 10 ਕੁ ਮਿੰਟ ਲਾਏਗਾ, ਤੁਹਾਨੂੰ ਵੀਡੀਓ ਕੱਟ ਕਰਕੇ ਵਿਖਾ ਦਿੰਦੇ ਹਾਂ। ਅਤੇ ਹੁਣ ਟੈਂਪਰੇਚਰ ਹੋ ਗਿਆ ਆਪਣਾ 37.5, 37.5 'ਤੇ ਆ ਵੇਖੋ ਇਹਨੇ ਕੱਟ ਕਰਤਾ ਆਟੋਮੈਟਿਕ। 2 ਥਰਮੋਸਟੇਟ ਤਾਂ ਲਾਏ ਨੇ ਵੀ ਜੇ ਇੱਕ ਕੰਮ ਨਾ ਕਰੇ ਤਾਂ ਦੂਜਾ ਕੰਮ ਕਰੇਗਾ। ਇੱਕ ਵਾਰੀ ਮੈਂ ਆਂਡੇ ਰੱਖੇ ਸਨ, ਅਤੇ ਉਦੋਂ ਇੱਕ ਥਰਮੋਸਟੇਟ ਲੱਗਾ ਸੀ, ਅਤੇ ਟੈਂਪਰੇਚਰ ਕੰਟਰੋਲ ਨਹੀਂ ਸੀ ਹੋਇਆ, ਅਤੇ ਸਾਰੇ ਆਂਡੇ ਉੱਬਲ ਗਏ ਸਨ, ਕੰਟਰੋਲ ਨਹੀਂ ਸੀ ਹੋਇਆ ਇੱਕ ਥਰਮੋਸਟੇਟ ਤੋਂ ਸਿਸਟਮ, ਅਤੇ ਬੱਚੇ ਬਣੇ ਸਨ 15-15 ਦਿਨਾਂ ਦੇ, ਅਤੇ ਉਹ ਸਾਰੇ ਆਂਡੇ ਖਰਾਬ ਹੋ ਗਏ ਸਨ, ਬੜਾ ਪਾਪ ਹੋ ਗਿਆ ਸੀ। ਉਦੋਂ ਬਾਅਦ ਫਿਰ ਮੈਂ ਇਹ 'ਚ 2 ਕੰਟਰੋਲਰ ਲਾਤੇ ਸਨ। ਇਹ ਥਰਮੋਸਟੇਟ ਆਉਂਦੇ ਨੇ ਇਹਨਾਂ ਨੂੰ, ਅਤੇ ਔਨਲਾਈਨ ਵੀ ਮਿਲ ਜਾਂਦੇ ਨੇ, ਅਤੇ ਬੜੀ ਵਧੀਆ ਚੀਜ਼ ਹੈ ਮੁਰਗੀ ਨੂੰ ਤੰਗ ਕਰਨ ਨਾਲੋਂ, ਕਿਉਂਕਿ ਜਿੰਨਾ ਚਿਕਰ ਪਾੜੇ 'ਤੇ ਬੈਠੀ ਰਹਿੰਦੀ ਹੈ, ਭੁੱਖੀ ਪਿਆਸੀ ਰਹਿੰਦੀ ਹੈ, ਅਤੇ ਉਹ ਵੀ ਠੀਕ ਰਹਿੰਦੀ ਇਹਦੇ ਨਾਲ। ਅਤੇ ਬਾਕੀ ਮੁਰਗੀ ਥੱਲੇ 100-150 ਆਂਡਾ ਨਿਕਲਦਾ ਵੀ ਨਹੀਂ, ਇਹ 'ਚ 100-150 ਆਂਡਾ ਵਧੀਆ ਟਿਕ ਜਾਂਦਾ, ਅਤੇ ਇੱਕੋ ਵਾਰ 'ਚ ਨਿਕਲ ਜਾਂਦਾ। ਆਹ ਵੇਖਿਓ, ਹੁਣ ਟੈਂਪਰੇਚਰ ਘਟਣ ਲੱਗ ਗਿਆ, ਮੈਂ ਉਹਦਾ ਫਰਿੱਜ ਦਾ ਬੂਹਾ ਖੋਲ੍ਹਿਆ 2 ਵਾਰੀ, ਅਤੇ ਟੈਂਪਰੇਚਰ ਥੱਲੇ ਜਾਣ ਲੱਗ ਪਿਆ। ਜਦੋਂ 37.1 'ਤੇ ਥਰਮੋਸਟੇਟ ਆ ਜਾਏਗਾ, ਦੋਵੇਂ ਥਰਮੋਸਟੇਟ 1-1 ਸੈਕਿੰਡ ਦੀ ਗੈਪ ਨਾਲ ਜਗਦੇ ਨੇ, ਵੇਖੋ ਇੱਕ ਚੱਲ ਪਿਆ 37.1 'ਤੇ, ਅਤੇ ਦੂਜਾ 37 'ਤੇ ਚੱਲੇਗਾ। ਜਦੋਂ 37 ਟੈਂਪਰੇਚਰ ਰਹਿ ਜਾਏਗਾ ਅੰਦਰ, ਅਤੇ ਇਹਨੇ ਚੱਲ ਪੈਣਾ 37.5 'ਤੇ, ਫਿਰ ਕੱਟ ਕਰ ਜਾਣਾ ਇਹਨਾਂ ਨੇ। ਹੁਣ ਦੂਜਾ ਵੀ ਚੱਲਣ ਵਾਲਾ ਹੀ ਹੈ, ਆਹ ਵੇਖੋ 37 'ਤੇ ਦੂਜੇ ਨੇ ਔਨ ਕਰਤਾ, ਅਤੇ ਅੰਦਰ ਬਲਬ ਔਨ ਹੋ ਗਏ ਨੇ ਹੁਣ। ਆਹ ਵੇਖੋ, ਇੱਦਾਂ ਇਹ ਟੈਂਪਰੇਚਰ ਨੂੰ ਕੰਟਰੋਲ ਕਰਕੇ ਰੱਖਦਾ। ਜਦੋਂ ਮੁਰਗੀ ਬੱਚੇ ਕਢਾਉਂਦੀ ਹੈ, ਅਤੇ ਉਹਦੇ ਜਿਹੜਾ ਥੱਲੇ ਸਰੀਰ ਦਾ ਟੈਂਪਰੇਚਰ ਹੁੰਦਾ ਉਹ 37.4-37.5 ਹੀ ਹੁੰਦਾ, ਅਤੇ ਉਨਾ ਹੀ ਇਹ ਕੰਟਰੋਲ ਕਰਕੇ ਰੱਖਦਾ। ਸਾਡੀਆਂ ਹੋਰ ਇੱਦਾਂ ਦੀਆਂ ਵੀਡੀਓ ਵਹਿੰਦੇ ਰਹਿਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਡੈਰੀ ਮੈਨ।